चलो ना, कोई मोह नहीं है जी, उसका अफसोस क्या, दुष्ट को मारने का अफसोस क्या। इस करके उदे नाल उस घटना दे नाल इहदा कोई वो नहीं है, संबंध नहीं है। कुछ सरकार दे गुंडे आके साडे मोर्चे ते हमला करदे आ ते सामने हिकड़ा के खड़ जांदे आ, उन्हां नहिंग सिंह जथेबंदियां नूं अज तुसीं इह कहता वी उह थोड़े बंदे नहीं। किसी धार्मिक ग्रंथ या धार्मिक चिन्ह की बेअदबी होना भी निंदनयोग है, और किसी व्यक्ति की इस तरीके दे नाल मर्डर हो जाना उन्हें भी मतलब मोर्चा महसूस करता है, वो भी मतलब निंदन। जदों भगत सिंह ने जी भी गल आपां किसानी संघर्ष बैठे करते हैं भी इनकलाब भगत सिंह ने लिया, तो फिर सरदार भगत सिंह भी गलत सी। हुणे लखीमपुर खेड़ी च जदों साडे बंदियां नूं दगड़ के कतलेआम करता ते उत्थे रोह च आए साडे बंदियां ने दो बीजेपी दे बंदे मारते, फिर तां असीं भी कानून हाथ च लै लिया, फिर आपां भी गलत आ। तां जिहड़े अपने टकैत साहब आ उह इह कह रहे आ इहदा एक्शन दा रिएक्शन सी, पर इत्थे एक्शन दा रिएक्शन नहीं तुहानूं दस्सिया। पिछले पंजां सालां दा जिहड़ा इह एक्शन कर रहे आ उह एक्शन दा रिएक्शन नहीं दिखिया। ਸਤਿ ਸ਼੍ਰੀ ਅਕਾਲ ਜੀ, ਮੈਂ ਆਸ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਕੁਛ ਘਟਨਾਵਾਂ ਵਾਪਰੀਆਂ, ਉਹਨਾਂ ਘਟਨਾਵਾਂ ਨੂੰ ਲੈ ਕੇ ਬੜੀ ਚਰਚਾ ਹੋਈ, ਸੋ ਉਸੇ ਬਾਰੇ ਆਪਾਂ ਗੱਲਬਾਤ ਕਰਨੀ ਹੈ। ਮੈਂ ਰੂਬਰੂ ਹੋਇਆ, ਪਹਿਲੀ ਗੱਲ ਤਾਂ ਇਹ ਗੱਲ ਕਲੀਅਰ ਕਰ ਦਈਏ ਆਪਾਂ, ਸਾਡੇ ਸਾਰੇ ਪੰਜਾਬ ਦੇ ਹਰਿਆਣਾ ਦੇ ਹੋਰ ਪਾਸੇ ਜਿਹੜੇ ਸਾਡੇ ਬੰਦੇ ਕਿਸਾਨੀ ਸੰਘਰਸ਼ 'ਚ ਬੈਠੇ ਆ ਉਹਨਾਂ ਨੂੰ ਵੀ ਅਸੀਂ ਕਿਸਾਨੀ ਸੰਘਰਸ਼ ਦੇ ਨਾਲ ਹਾਂ, ਕਿਸਾਨੀ ਸੰਘਰਸ਼ ਦੇ ਨਾਲ ਸੀ ਅਤੇ ਰਹਾਂਗੇ ਵੀ। ਇਸ ਲਈ ਇਸ ਗੱਲ ਨੂੰ ਅੱਜ ਦੀ ਜਿਹੜੀ ਘਟਨਾ ਸਵੇਰੇ ਵਾਪਰੀ ਆ, ਜੋ ਨਿਹੰਗ ਸਿੰਘਾਂ ਨੇ ਇੱਕ ਗੁਰੂ ਸਾਹਿਬ ਦੀ ਬੇਅਦਬੀ ਕਰਨ ਆਏ ਵਿਅਕਤੀ ਨੂੰ ਸੋਧਾ ਲਾਇਆ, ਉਸ ਬਾਰੇ ਗੱਲ ਕਰਨੀ, ਉਸ ਗੱਲ ਨੂੰ ਕਿਸ ਸੰਦਰਭ 'ਚ ਦੇਖਣਾ, ਇਹ ਗੱਲ ਸਾਡੇ ਲਈ ਵਚਨੀ ਬੜੀ ਜ਼ਰੂਰੀ ਆ। ਸਾਡੇ ਜਿਹੜੇ ਆਗੂ ਆ, ਬਜ਼ੁਰਗ ਆ, ਉਹਨਾਂ ਨੂੰ ਮੇਰੀ ਬੇਨਤੀ ਆ ਵੀ 26 ਨਵੰਬਰ ਨੂੰ ਵੀ ਇਹੀ ਬੇਨਤੀ ਸੀ, 26 ਜਨਵਰੀ ਨੂੰ ਵੀ ਇਹੀ ਬੇਨਤੀ ਸੀ, ਅਤੇ ਅੱਜ ਵੀ ਇਹੀ ਬੇਨਤੀ ਆ ਵੀ ਤੁਸੀਂ ਸਾਡੇ ਆਗੂ ਹੋ, ਤੁਸੀਂ ਸਤਿਕਾਰਯੋਗ ਹੋ, ਤੁਸੀਂ ਸਾਡੇ ਬਜ਼ੁਰਗ ਹੋ, ਅਤੇ ਅਸੀਂ ਤੁਹਾਡੇ ਨਾਲ ਹਾਂ, ਹਮੇਸ਼ਾ ਤੁਹਾਡੇ ਨਾਲ ਹਾਂ, ਤੁਹਾਡੇ ਬੱਚੇ ਹਾਂ, ਤੁਹਾਡੇ ਸੋਲਜਰ ਹਾਂ, ਅਤੇ ਸੰਘਰਸ਼ ਦੇ ਨਾਲ ਵੀ ਖੜ੍ਹੇ ਹਾਂ। ਪਰ ਕਦੇ ਕਦੇ ਗੱਲਾਂ ਤੁਹਾਨੂੰ ਵੀ ਸਮਝਣੀਆਂ ਚਾਹੀਦੀਆਂ, ਉਹ ਗੱਲਾਂ ਸਮਝਣੀਆਂ ਬਹੁਤ ਜ਼ਰੂਰੀ ਆ ਵੀ 26 ਨਵੰਬਰ ਨੂੰ ਜਦੋਂ ਬੈਰੀਕੇਡ ਤੋੜੇ ਆਪਾਂ ਇਸੇ ਸੰਘਰਸ਼ 'ਚ, ਉਹਦੇ ਤੁਸੀਂ ਕਿਹਾ ਜਿਹੜੇ ਬੈਰੀਕੇਡ ਤੋੜ ਕੇ ਗਏ ਆ ਉਹ ਸਾਡੇ ਬੰਦੇ ਨਹੀਂ ਆ। 26 ਜਨਵਰੀ ਨੂੰ ਜਦੋਂ ਲੋਕਾਂ ਦਾ ਵਹਿਣ ਲਾਲ ਕਿਲੇ ਵੱਲ ਨੂੰ ਆਪੇ ਵਹਿ ਤੁਰਿਆ, ਅਤੇ ਜਿਹੜੇ ਉੱਥੇ ਬੰਦੇ ਪਹੁੰਚੇ ਤੁਸੀਂ ਇਹ ਕਿਹਾ ਉਹ ਸਾਡੇ ਬੰਦੇ ਨਹੀਂ ਆ। ਹੁਣ 1 ਸਾਲ ਤੋਂ ਵੱਧ ਸਮਾਂ ਹੋ ਗਿਆ ਨਿਹੰਗ ਸਿੰਘ ਜਥੇਬੰਦੀਆਂ ਤੁਹਾਡੇ ਕੋਲ ਉੱਥੇ ਪਹਿਰਾ ਦੇ ਰਹੀਆਂ, ਜਦੋਂ 26 ਜਨਵਰੀ ਨੂੰ ਕੁਛ ਸਰਕਾਰ ਦੇ ਗੁੰਡੇ ਆ ਕੇ ਸਾਡੇ ਮੋਰਚੇ 'ਤੇ ਹਮਲਾ ਕਰਦੇ ਆ ਅਤੇ ਸਾਹਮਣੇ ਹਿਕਡਾ ਕੇ ਖੜ੍ਹ ਜਾਂਦੇ ਆ, ਉਹਨਾਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਅੱਜ ਤੁਸੀਂ ਇਹ ਕਹਿਤਾ ਵੀ ਉਹ ਤੁਹਾਡੇ ਬੰਦੇ ਨਹੀਂ ਆ। ਸੋ ਬਜ਼ੁਰਗੋ, ਗੱਲ ਇਹ ਆ ਜੇ ਉਹ ਤੁਹਾਡੇ ਬੰਦੇ ਨਹੀਂ ਤਾਂ ਕਿਹਦੇ ਬੰਦੇ ਆ, ਕਿਹਦੀ ਖਾਤਰ ਉੱਥੇ ਅਸੀਂ ਬੈਠੇ ਰਹੇ, ਹੁਣ ਉਹ ਬੰਦੇ ਬੈਠੇ ਰਹੇ ਜਾਂ ਹੋਰ ਜਿਹੜੇ ਉੱਥੇ ਬੰਦੇ ਉਹ ਬੈਠੇ ਆ, ਉਹਨਾਂ 'ਚ ਇੱਕ ਰੋਹ ਵੀ ਆ, ਗੁੱਸਾ ਵੀ ਆ, ਅਤੇ ਆਪਦੇ ਹੱਕ ਲੈਣ ਖਾਤਰ ਬੈਠੇ ਆ। ਪਰ ਫਿਰ ਵੀ ਪੰਜਾਬ 'ਚ ਰਹਿਣ ਵਾਲੇ ਹਰ ਸਿੱਖ ਨੂੰ, ਹਰ ਉੱਥੋਂ ਦੇ ਬੰਦਿਆਂ ਨੂੰ, ਹਰਿਆਣੇ ਦੇ ਬੰਦਿਆਂ ਨੂੰ, ਯੂਪੀ ਦੇ ਬੰਦਿਆਂ ਨੂੰ ਮੇਰਾ ਇੱਕ ਇਹ ਅਰਜ਼ੀ ਲਾ ਲਓ ਜਾਂ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਨਾ ਹੀ ਆਗੂਆਂ ਤੋਂ ਪਾਸੇ ਹੋਇਓ ਅਤੇ ਨਾ ਸੰਘਰਸ਼ ਤੋਂ ਪਾਸੇ ਹੋਇਓ। ਆਪਾਂ ਕਿਸਾਨੀ ਸੰਘਰਸ਼ ਦੇ ਨਾਲ ਵੀ ਹਾਂ, ਆਪਾਂ ਆਗੂਆਂ ਦੇ ਨਾਲ ਵੀ ਹਾਂ, ਪਰ ਕੁਛ ਗੱਲਾਂ ਨੂੰ ਸਮਝਣਾ ਸਾਡੇ ਲਈ ਬੜੀ ਜ਼ਰੂਰਤ ਇਸ ਵੇਲੇ ਬਣੀ ਹੋਈ ਆ। ਉਹ ਇਸ ਕਰਕੇ ਕਿਉਂਕਿ ਇੱਕ ਗੱਲ ਬੜੀ ਵੱਡੇ ਪੱਧਰ 'ਤੇ ਪ੍ਰਚਾਰੀ ਜਾ ਰਹੀ ਆ ਵੀ ਉਹਨਾਂ ਨੇ ਕਾਨੂੰਨ ਨੂੰ ਹੱਥ 'ਚ ਲਿਆ। ਜਦੋਂ ਕਾਨੂੰਨ ਇੰਨਾ ਪੱਖਪਾਤੀ ਹੋ ਜਾਏ ਵੀ ਪਿਛਲੇ 5 ਸਾਲਾਂ ਤੋਂ
लगातार श्री गुरु ग्रंथ साहब की बेअदबी की जा रही है। तो कानून ये कह के उन्होंने बंदयां नूं छड्ड दिंदा भी उन्होंने दिमागी गड़बड़ सी, वह दिमागी तौर पर कमजोर सी, तो उन्होंने छड्ड दिते गए। ये तो वह गल हुई भी कोई अन्ना तो उन्हें जदों बिन के तीर मारिया तो हर बार निशाने च लग्या जाके भी हर बार निशाने च नहीं लगता हुंदा, हर बार कोई दिमागी तौर पर परेशान बंदा आके तो उन्हूं श्री गुरु ग्रंथ साहब का ही निरादर करना सुझदा। फिर ये पांच सालां तो सानू किवें लगातार प्रवोक कर रहे आ, असी कानून कोले अर्जियां दे के आपदियां शिकायतां करके थक गए पर सानू इंसाफ नहीं मिलिया। उस तरह जिस तरह सानू पुराने साडे नाल होई बेइंसाफी का इंसाफ नहीं मिलिया। सो जदों कानून पक्षपाती हो जाए उदों कानून हाथ च लैना पैंदा हुंदा। ये इतिहास दियां बहुत घटनावां इहदा इहदी गवाही भरदियां। जदों मदन लाल ढींगरां ने कानून हाथ च लिया सी फिर वह भी गलत सी, जदों शहीद उधम सिंह ने कानून हाथ च लिया सी फिर वह भी गलत सी, जदों भगत सिंह ने जिहदी गल आपां किसानी संघर्ष बैठे करते हाँ भी इनकलाब भगत सिंह ने लिया था फिर सरदार भगत सिंह भी गलत सी, जदों जिंदे ते सुखे ने कानून हाथ च लिया सी फिर वह भी गलत सी, ते जदों साडे जथेदार रणजीत सिंह ने कानून हाथ च लिया सी वह भी गलत सी, उन्हां तों भी पुछ लो भी कानून क्यों हाथ च लैना पै गया। हुण इस गल नूं जे आपां इह कहीए भी कानून हाथ च लिया ते अपने हुणे ही लखीमपुर खेड़ी च जदों साडे बंदयां नूं दगड़ के कतलेआम करता ते उत्थे रोह आए साडे बंदयां ने दो बीजेपी दे बंदे मारते, फिर तां असीं भी कानून हाथ च लै लिया फिर आपां भी गलत आ। उदे तां जिहड़े अपने टकैत साहब आ ਉਹ ਇਹ ਕਹਿ ਰਿਹਾ ਇਹਦਾ ਐਕਸ਼ਨ ਦਾ ਰਿਐਕਸ਼ਨ ਸੀ, ਪਰ ਇੱਥੇ ਐਕਸ਼ਨ ਦਾ ਰਿਐਕਸ਼ਨ ਨਹੀਂ ਤੁਹਾਨੂੰ ਦੱਸਿਆ, ਪਿਛਲੇ ਪੰਜਾਂ ਸਾਲਾਂ ਦਾ ਜਿਹੜਾ ਇਹ ਐਕਸ਼ਨ ਕਰ ਰਹੇ ਆ ਉਹ ਐਕਸ਼ਨ ਦਾ ਰਿਐਕਸ਼ਨ ਨਹੀਂ ਦਿਖਿਆ। ਸੋ ਬਜ਼ੁਰਗੋ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਹਾਨੂੰ ਯੋਗਿੰਦਰ ਯਾਦਵ ਵਰਗੇ ਬੰਦੇ ਮੈਨੀਪੁਲੇਟ ਕਰ ਦਿੰਦੇ ਆ, ਤੁਸੀਂ ਉਹਨਾਂ ਦੇ ਪਿੱਛੇ ਲੱਗ ਜਾਂਦੇ ਹੋ ਅਤੇ ਤੁਸੀਂ ਪੰਥ 'ਤੇ ਪਰਾਏ ਹੋ ਕੇ ਖੜ੍ਹ ਜਾਂਦੇ ਹੋ या पंजाब तो पराए होके खड़ जाने, तुहानू पंजाब दी धरती ने माफ़ नहीं करना। असी तो थोड़े नाल खड़े हाँ, असी संघर्ष थोड़े नाल हिकड़ा के खड़े हाँ, अज भी नाल हाँ, पहला भी नाल सी ते अगे भी रहांगे। तुसी साडी पैरवाई करो ना करो, ये प्रोवोकेशन सी, प्रोवोकेशन दे बाद ही ये वर्तारा वापरिया। ये कोई एक आइसोलेशन च जां इहनू कल्ली घटना नू ना देखो, इहदे पिछे पंज साल दा बेअदबी दा इतिहास पिया। सो इस करके जिहड़े बंदे कहिंदे आ भी कानून हाथ च लै लिया, ये बंदयां नूं एक सवाल आ मेरा भी जदों जदों कोई इतिहास च जदों कौम ने साडे संघर्षी बंदयां ने इंसाफ लिया उहदे कानून हाथ च नहीं लिया गया, अज ही तुहानूं देखदा भी कानून हाथ च लै लिया। फिर अगली गल डॉक्टर सवाईमान सिंह आ जिहड़े वह बड़े सत्कारयोग आ बड़े जेंटल आ, उन्होंने भी यह गल कही भी जे गुरु नानक पातशाह होंदे श्री गुरु रामदास पातशाह होंदे तां भी आई करदे, तुसी गुरुआं नूं नखेड़ के ना देखो। मैं डॉक्टर साहब तुहानूं बेनती करदा तुसी इस गल ते तुहानूं समझ नहीं ते तुसी चंगे बंदे हो तुसी ना बोलो, क्योंकि उस वेले गुरु साहब गुरु नानक पातशाह तो लैके दसवें पातशाह ते फिर श्री गुरु ग्रंथ साहब तक इह तां इक जोत आ, एक जोत प्रगट हुई, इन्हां नूं नखेड़ के नहीं देखिया जा सकता सी। जो गुरु नानक साहब वेले गुरु नानक साहब नूं जरूरत सी या उस वेले वह इलहाम सी उन्हां नूं उदों उन्हां ने वह किया, जो दसवें पातशाह वेले एक जरूरत सी समाज की उदों उन्हां ने वह किया। सो इस करके वह एक इलहाम एक रब्बी जिहड़ी गल आ उहनूं साडे लई समझना इस तरह नखेड़ के देखना बहुत औखा। फिर तां जदों भाई बिधी चंद ने पंजवें पातशाह वेले उन्होंने तो बहुत शांतमई शहादत दिती आ, किसी ने जदों गुरु साहब के बारे मंदा बोलिया तो भाई बिधी चंद ने टोटे करके वो नहर च सिड़ता सी, फिर तो वह भी कानून हाथ च लैण वाली गल सी। इसलिए जदों असी गुरुआं नूं नखेड़ के देखते हैं तो फिर एक जोत की सानू समझ नहीं आती,
ਤੇ ਅਸੀਂ ਇੱਕ ਬਿਰਤਾਂਤ ਪੈਦਾ ਕਰ ਦਿੰਦੇ ਹਾਂ ਵੀ ਗੁਰੂ ਨਾਨਕ ਸਾਹਿਬ ਐਂ ਨਹੀਂ ਕਰ ਸਕਦੇ ਸੀ, ਪਰ ਹੋ ਸਕਦਾ ਦਸਵੇਂ ਪਾਤਸ਼ਾਹ ਐਂ ਕਰਦੇ। ਇਹ ਬਹੁਤ ਗਲਤ ਗੱਲ ਆ। ਅਗਲੀ ਗੱਲ, ਜਿਹੜੇ ਕੁਛ ਬੰਦੇ ਇਹ ਗੱਲ ਕਹਿ ਰਹੇ ਆ ਵੀ ਇਹ ਤਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਹੀ ਰਹਿੰਦਾ ਸੀ ਅਤੇ ਉਹਨਾਂ ਦੇ ਆਪਸ 'ਚ ਕੋਈ ਰੌਲਾ ਸੀ, ਉਹਨਾਂ ਨੇ ਇਹਨੂੰ ਮਾਰ ਕੇ ਅਤੇ ਬੇਅਦਬੀ ਦਾ ਬਹਾਨਾ ਕਰਤਾ। ਵੀ ਪਿਛਲੇ 5 ਸਾਲਾਂ 'ਚ ਤਾਂ ਅੱਜ ਤੱਕ ਇਹੋ ਜਿਹਾ ਬਹਾਨਾ ਅਸੀਂ ਕੀਤਾ ਨਹੀਂ ਕਦੇ। ਤੁਸੀਂ ਖਾਲਸਾ ਪੰਥ ਦਾ ਇਨਸਾਫ ਕੀਤਾ ਇਸ ਤਰ੍ਹਾਂ ਨਾ ਮੰਨੋ। ਖਾਲਸਾ ਪੰਥ ਲਈ ਗੁਰੂ ਦੀ ਕੀ ਜਗ੍ਹਾ, ਇਹਨੂੰ ਸਮਝੋ। ਜੇ ਤੁਹਾਨੂੰ ਹਜੇ ਤੱਕ ਇਹਨਾਂ ਫਲਸਫਿਆਂ ਦੀ ਸਮਝ ਹੀ ਨਹੀਂ ਆ, ਫਿਰ ਤੁਹਾਨੂੰ ਬੋਲਣ ਦਾ ਕੋਈ ਹੱਕ ਨਹੀਂ ਇਸ ਗੱਲ 'ਤੇ। ਜੇ ਬੰਦੇ ਨੂੰ ਮਾਰਨਾ ਹੀ ਸੀ ਤਾਂ ਹੋਰ ਬਹੁਤ 100 ਤਰੀਕੇ ਹੁੰਦੇ ਆ ਵੀ ਸਰਕਾਰ ਦਾ ਭੇਜਿਆ ਸੀ ਅਤੇ ਅਸੀਂ ਕਰਤਾ ਲਾ ਤਾ ਸੌਦਾ। ਗੁਰੂ ਦੇ ਉੱਤੇ ਕੋਈ ਸਵਾਲ ਕਰਦਾ ਅਤੇ ਗੁਰੂ ਦੇ ਉੱਤੇ ਖਾਲਸਾ ਪੰਥ ਦੀ ਸ਼ਰਧਾ ਕੀ ਆ, ਗੁਰੂ ਲਈ ਉਹ ਕੀ ਕਰ ਸਕਦੇ ਆ, ਇਸ ਗੱਲ ਨੂੰ ਸਮਝੋ। ਤੁਹਾਡੇ ਲਈ ਆਰਥਿਕ ਮਸਲੇ ਵੱਡੇ ਹੋਣੇ ਆ, ਉਹਨਾਂ ਲਈ ਧਰਮ ਅਤੇ ਧਰਮ ਦੀ ਹੋਂਦ ਬਹੁਤ ਵੱਡੀ ਆ। ਸੋ ਇਸ ਕਰਕੇ ਬੰਦਿਆਂ ਨੂੰ ਸਮਝੋ, ਕੌਮਾਂ ਦੇ ਫਲਸਫਿਆਂ ਨੂੰ ਸਮਝੋ ਅਤੇ ਉਸ ਆਧਾਰ 'ਤੇ ਅਸੀਂ ਕੋਈ ਅੱਗੇ ਆਪਦੀ ਗੱਲ ਲੈ ਕੇ ਜਾਈਏ, ਕੋਈ ਬਿਰਤਾਂਤ ਸਿਰਜੀਏ। ਇਸ ਲਈ ਮੇਰਾ ਸਵਾਲ ਉਹੀ ਆ ਵੀ ਫਿਰ ਤਾਂ ਸਾਡੇ ਆਜ਼ਾਦੀ ਦੇ ਸੰਘਰਸ਼ 'ਚ ਜਿੰਨੇ ਬੰਦਿਆਂ ਨੇ ਸੰਘਰਸ਼ ਕੀਤਾ, ਉਹਨਾਂ ਨੇ ਸੰਘਰਸ਼ ਜਿਹੜਾ ਕੀਤਾ ਉਹ ਕਾਨੂੰਨ ਹੱਥ 'ਚ ਹੀ ਲਏ ਸੀ। ਉਦੋਂ ਅੰਗਰੇਜ਼ਾਂ ਦੇ ਖਿਲਾਫ ਅਸੀਂ ਕਾਨੂੰਨ ਹੱਥ 'ਚ ਹੀ ਲੈਂਦੇ ਰਹੇ ਹਾਂ। ਤੁਸੀਂ ਕੁਛ ਦਿਨ ਪਹਿਲਾਂ ਇਹ ਗੱਲ ਕਹਿ ਕੇ ਹਟੇ ਹੋ ਵੀ ਅਸੀਂ ਨਲੂਏ ਦੇ ਵਾਰਸ ਹਾਂ, ਅਤੇ ਫਿਰ ਜੇ ਸਰਦਾਰ ਹਰੀ ਸਿੰਘ ਨਲੂਆ ਹੁੰਦੇ ਉਹ ਕੀ ਕਰਦੇ, ਇਹ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ। ਇਸ ਲਈ ਇੱਥੇ ਵਿਕਟਮ ਕੌਣ ਆ ਅਤੇ ਇੱਥੇ ਕਲਪਰੇਟ ਕੌਣ ਆ, ਇਸ ਗੱਲ ਨੂੰ ਪਛਾਣੋ। ਇੱਥੇ ਡਿਸਟਿੰਕਸ਼ਨ ਥੋੜ੍ਹੀ ਜਿਹੀ ਇਹਦੇ 'ਚ ਲੈ ਕੇ ਆਓ। ਤੁਸੀਂ ਹਮੇਸ਼ਾ ਮੈਨੀਪੁਲੇਟ ਤੁਹਾਨੂੰ ਕਰ ਦਿੱਤਾ ਜਾਂਦਾ ਸਾਡੇ ਬਜ਼ੁਰਗਾਂ ਨੂੰ, ਅਤੇ ਉਹ ਵਿਕਟਮ ਦੇ ਸਰਕਾਰੀ ਧਿਰ ਦੇ ਹੱਕ 'ਚ ਭੁਗਤ ਜਾਂਦੇ ਆ ਅਤੇ ਕਲਪਰੇਟ ਨੂੰ ਗੁਨਾਹਗਾਰ ਦੱਸਣ ਲੱਗ ਜਾਂਦੇ ਆ। ਉਹ ਜਿਹੜਾ ਵਿਕਟਮ ਆ ਉਹਦੇ ਉਹਨੂੰ ਗੁਨਾਹਗਾਰ ਦੱਸਣ ਲੱਗ ਜਾਂਦੇ ਆ। ਸੋ ਇਸ ਕਰਕੇ ਤੁਸੀਂ ਕਲਪਰੇਟ ਕੌਣ ਆ ਇਹਨੂੰ ਦੇਖੋ। ਸਰਕਾਰੀ ਧਿਰ ਇੱਥੇ ਕਲਪਰੇਟ ਆ, ਅਸੀਂ ਵਿਕਟਮ ਹਾਂ। ਅਤੇ ਜਦੋਂ ਪੱਖਪਾਤੀ ਕਾਨੂੰਨ ਇਸ ਚਰਮ ਸੀਮਾ ਤੱਕ ਚਲਾ ਜਾਵੇ ਵੀ ਅੱਜ ਤੱਕ ਇੱਕ ਵੀ ਇਨਸਾਫ ਨਾ ਮਿਲਿਆ, ਫਿਰ ਖਾਲਸਾ ਪੰਥ ਨੇ ਆਪਦਾ ਕਰਤਾ ਇਨਸਾਫ। ਅਸੀਂ ਉਸ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਖੜ੍ਹ ਕੇ ਉਹਨਾਂ ਨੂੰ ਇਨਸਾਫ ਵੀ ਦਿਵਾਵਾਂਗੇ, ਉਹਨਾਂ ਖਾਤਰ ਕਾਨੂੰਨ ਦੀ ਲੜਾਈ ਵੀ ਲੜਾਂਗੇ, ਅਤੇ ਜੋ ਕੋਈ ਖਰਚਾ ਪਾਣੀ ਦੀ ਜ਼ਰੂਰਤ ਹੋਈ, ਕਾਨੂੰਨੀ ਸਹਾਇਤਾ ਦੀ ਜ਼ਰੂਰਤ ਹੋਈ ਉਹ ਵੀ ਕਰਾਂਗੇ। ਅਤੇ ਨਾਲ ਅਸੀਂ ਕਿਸਾਨ ਆਗੂਆਂ ਨੂੰ ਵੀ ਬੇਨਤੀ ਕਰਦੇ ਹਾਂ, ਤੁਹਾਡੇ ਨਾਲ ਆ। ਸਾਡੀ ਬੇਨਤੀ ਲੋਕਾਂ ਨੂੰ ਵੀ ਆ ਵੀ ਇਹਨਾਂ ਦੀ ਮਜਬੂਰੀ ਆ, ਇਹ ਸਮਝੋ। ਇਹ ਜੋ ਸਟੈਂਡ ਅੱਜ ਅਸੀਂ ਐਕਸਪੈਕਟ ਕਰਦੇ ਹਾਂ ਉਹ ਨਹੀਂ ਲੈ ਸਕਦੇ, ਇਹਨਾਂ ਦੇ ਉੱਤੇ ਵੀ ਬਹੁਤ ਵੱਡਾ ਪ੍ਰੈਸ਼ਰ ਆ। ਇਹਨੂੰ ਸਮਝ ਕੇ ਇਹ ਜਿਵੇਂ ਵੀ ਆ, ਇਹਨਾਂ ਕੋਲ ਇੰਨੀ ਕੁ ਸਮਰੱਥਾ, ਇਹਨਾਂ ਨੇ 3 ਕਾਨੂੰਨਾਂ ਦੀ ਲੜਾਈ ਲੜ ਰਹੇ ਆ। ਇੰਨੀਆਂ ਕੁ ਬੇਨਤੀਆਂ ਮੈਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ। ਜਿਉਂਦੇ ਵਸਦੇ ਰਹੋ। ਸਤਿ ਸ਼੍ਰੀ ਅਕਾਲ ਜੀ।